हेलो स्टूडेंट, आई एम संदीप सिंह, लेक्चरर इन इलेक्ट्रिकल इंजीनियरिंग, टीचिंग सब्जेक्ट एनर्जी कंजर्वेशन फॉर सेकंड सेमेस्टर इलेक्ट्रिकल डिप्लोमा स्टूडेंट। आवर टुडे टॉपिक ऑन लॉसेस इन अ ट्रांसफॉर्मर। आज आप डिस्कस करना केड़े-केड़े लॉसेस होंदे आ ट्रांसफॉर्मर दे विच, ते किवें ओह बिहेव करदे आ, की इफेक्ट उहदा पैंदा वा अपने ट्रांसफॉर्मर दे उत्ते। There are various types of losses in a transformer such as iron losses, copper losses, hysteresis loss, eddy current loss, stray loss and dielectric loss. ਇਹ ਇੰਨੀ ਤਰ੍ਹਾਂ ਦੇ ਜਿਹੜੇ ਆਪਣੇ losses ਹੁੰਦੇ ਆ। The hysteresis losses occur because of variation of magnetization in the core of the transformer. ਜਿਹੜੇ hysteresis loss ਹੁੰਦੇ ਆ ਉਹ ਜਦੋਂ ਆਪਾਂ ਇੱਕ ਕੋਇਲ ਨੂੰ ਪ੍ਰਾਇਮਰੀ ਕੋਇਲ ਨੂੰ ਐਨਰਜਾਈਜ਼ ਕਰਦੇ ਹਾਂ, ਉਹਦੇ ਨਾਲ ਕੀ ਆ ਮੈਗਨੇਟਾਈਜੇਸ਼ਨ ਜਿਹੜੀ ਕੋਰ ਦੇ ਵਿੱਚ ਮੈਗਨੇਟਾਈਜੇਸ਼ਨ ਬਣ ਜਾਂਦੀ ਹੈ, ਮੈਗਨੈਟਿਕ ਫੀਲਡ ਬਣ ਜਾਂਦਾ, ਜਿਹੜਾ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕੀਤਾ ਵਾ, ਵਰਕਿੰਗ ਆਫ ਪ੍ਰਿੰਸੀਪਲ ਆਫ ਟ੍ਰਾਂਸਫਾਰਮਰ ਦੇ ਵਿੱਚ। ਉਹ ਜਿਹੜੀ ਅਲਟਰਨੇਟਿੰਗ ਸਪਲਾਈ ਕਰਕੇ ਜਿਹੜੀ ਮੈਗਨੈਟਿਕ ਫੀਲਡ ਸੈਟਅਪ ਆ, ਉਹ ਚੇਂਜ ਹੁੰਦਾ ਰਹਿੰਦਾ ਵਾ, ਉਹ ਕਦੇ ਘੱਟਦਾ ਕਦੇ ਵੱਧਦਾ, ਕਿਉਂਕਿ ਜਿਹੜੀ ਅਲਟਰਨੇਟਿੰਗ ਸਪਲਾਈ ਆ ਉਹ ਮਤਲਬ ਸਾਈਨੋਸੋਇਡਲ ਚੱਲਦੀ ਆ, ਇਸ ਹਿਸਾਬ ਦੇ ਨਾਲ ਉਹ ਮੈਗਨੈਟਿਕ ਫੀਲਡ ਵੀ ਚੇਂਜ ਹੁੰਦਾ ਰਹਿੰਦਾ। ਉਸ ਦੇ ਨਾਲ ਕੀ ਆ, ਵਰੀਏਸ਼ਨ ਹੋਣ ਦੇ ਨਾਲ ਇੱਕ ਲੂਪ ਫੋਰਮ ਹੋ ਜਾਂਦੀ ਆ ਮੈਗਨੇਟਾਈਜੇਸ਼ਨ ਹਿਸਟੈਰਿਸਿਸ, ਉਸ ਲੂਪ ਨੂੰ ਆਪਾਂ ਹਿਸਟੈਰਿਸਿਸ ਲੂਪ ਕਹਿੰਦੇ ਹਾਂ। ਉਹ ਜਿਹੜੀ ਹਿਸਟੈਰਿਸਿਸ ਲੂਪ ਆ ਉਹ ਕੋਰ ਦੇ ਵਿੱਚ ਲੋਸਿਸ ਪੈਦਾ ਕਰਦੀ ਹੈ ਇਨ ਦਾ ਫੋਰਮ ਆਫ ਹੀਟ, ਇਸ ਕਰਕੇ ਜਿਸ ਨੂੰ ਆਪਾਂ ਹਿਸਟੈਰਿਸਿਸ ਲੋਸ ਕਹਿੰਦੇ ਹਾਂ, ਉਸ ਹੀਟ ਨੂੰ ਜਿਹੜੀ ਹੀਟ ਪ੍ਰੋਡਿਊਸ ਹੁੰਦੀ ਆ ਕੋਰ ਦੇ ਵਿੱਚ, ਉਹਨੂੰ ਆਪਾਂ ਹਿਸਟੈਰਿਸਿਸ ਲੋਸ ਕਹਿੰਦੇ ਹਾਂ। ਇਸ ਤੋਂ ਅੱਗੇ ਦਾ ਕਾਪਰ ਲੋਸਿਸ ਅਕਰ ਬਿਕੋਜ਼ ਆਫ ਟ੍ਰਾਂਸਫਾਰਮਰ ਵਾਈਂਡਿੰਗ ਰਜਿਸਟੈਂਸ। ਜਿਹੜੇ ਕਾਪਰ ਲੋਸ ਆ ਉਹ ਆਪਣੇ ਜਿਹੜੇ ਵਾਈਂਡਿੰਗ ਦੇ ਵਿੱਚ ਜਿਹੜੀ ਆਪਣੀ ਵਾਈਂਡਿੰਗ ਦੀ ਜਿਹੜੀ ਕੋਇਲ ਦੀ ਵਾਈਂਡਿੰਗ ਆ ਜਿਹੜੀ ਉਹ ਜਿਹੜੀ ਤਾਰ ਆ ਕੁਛ ਉਹਦੀ ਵੀ ਰਜਿਸਟੈਂਸ ਹੋਊਗੀ। ਜਿਵੇਂ ਆਪਾਂ ਫਿਜ਼ਿਕਸ ਦੇ ਵਿੱਚ ਰਜਿਸਟੈਂਸ ਪੜ੍ਹੀ ਹੋਣੀ ਆ, ਜਿਹੜਾ ਕੋਈ ਵੀ ਕੰਡਕਟਰ ਆ ਉਹਦੀ ਕੋਈ ਨਾ ਕੋਈ ਰਜਿਸਟੈਂਸ ਹੁੰਦੀ ਆ, ਉਸੇ ਹਿਸਾਬ ਦੇ ਨਾਲ ਜਿਹੜੀ ਕਾਪਰ ਦੀ ਜਿਹੜੀ ਤਾਰ ਆ ਉਹਦੀ ਕੋਈ ਨਾ ਕੋਈ ਰਜਿਸਟੈਂਸ ਹੋਊਗੀ, ਉਹਨੂੰ ਆਪਾਂ ਕਾਪਰ ਲੋਸ ਕਹਿ ਦਿੰਦੇ ਹਾਂ ਉਸ ਟ੍ਰਾਂਸਫਾਰਮਰ ਦਾ। ਫਰਦਰ ਅੱਗੇ ਆਪਾਂ ਡਿਸਕਸ ਕਰਦੇ ਹਾਂ। ਵੇਰੀਅਸ ਟਾਈਪਸ ਆਫ ਲੋਸਿਸ ਆਰ ਐਕਸਪਲੇਨਡ ਬਿਲੋ ਇਨ ਡਿਟੇਲ। ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਲੋਸਿਸ ਆ ਉਹ ਆਪਾਂ ਐਕਸਪਲੇਨ ਕਰਨੇ ਆ। ਫਸਟ ਆਫ ਆਲ ਇਹ ਫਿਗਰ ਦੇ ਵਿੱਚ ਆਪਾਂ ਦਿੱਤਾ ਹੋਇਆ ਜਿਹੜੇ ਆਪਣੇ ਲੋਸਿਸ ਇਨ ਟ੍ਰਾਂਸਫਾਰਮਰ, ਇਹਦੀਆਂ ਅੱਗੇ ਚਾਰ ਟਾਈਪਸ ਦਿੱਤੀਆਂ ਵਾ। ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਮੇਨ ਆਇਰਨ ਔਰ ਕੋਰ ਲੋਸਿਸ। ਇਹਨੂੰ ਆਪਾਂ ਆਇਰਨ ਲੋਸਿਸ, ਆਇਰਨ ਲੋਸਿਸ ਅਤੇ ਕੋਰ ਲੋਸਿਸ ਕਹਿੰਦੇ ਹਾਂ। ਇਹਦੀਆਂ ਅੱਗੇ ਫਰਦਰ ਦੋ ਟਾਈਪਸ ਆ, ਫਸਟ ਹੈਗੀ ਆਪਣੀ ਹਿਸਟੈਰਿਸਿਸ, ਦੂਜੀ ਹੈਗੀ ਆ ਐਡੀ ਕਰੰਟ ਲੋਸਿਸ। ਦੋ ਟਾਈਪਸ ਆ, ਇਹਨਾਂ ਨੂੰ ਡਿਸਕਸ ਕਰਾਂਗੇ ਫਰਦਰ ਅੱਗੇ ਆਪਾਂ। ਅਤੇ ਉਸ ਤੋਂ ਬਾਅਦ ਆਪਣਾ ਆ ਜਾਂਦੇ ਆ ਕੋਪਰ ਲੋਸਿਸ ਔਰ ਓਮਿਕ ਲੋਸਿਸ। ਇਹ ਆਪਾਂ ਡਿਸਕਸ ਥੋੜ੍ਹਾ ਜਿਹਾ ਕੀਤਾ ਵਾ, ਬਾਕੀ ਬਰੀਫ ਅੱਗੇ ਫਰਦਰ ਆਪਾਂ ਅੱਗੇ ਡਿਸਕਸ ਕਰਾਂਗੇ। ਅੱਗੇ ਆਪਣੇ ਸਟ੍ਰੇ ਲੋਸਿਸ ਅਤੇ ਡਾਇਲੈਕਟ੍ਰਿਕ ਲੋਸਿਸ, ਜਿਹੜੇ ਮੋਸਟਲੀ ਇੰਪੋਰਟੈਂਟ ਇਹ ਦੋ ਲੋਸਿਸ ਆ ਆਪਣੇ, ਇਹ ਆਪਾਂ ਪਹਿਲਾਂ ਡਿਸਕਸ ਕਰਾਂਗੇ। ਫਿਰ ਆਇਰਨ ਲੋਸਿਸ ਦੇ ਅੱਗੇ ਫਰਦਰ ਹਿਸਟੈਰਿਸਿਸ ਲੋਸਿਸ ਅਤੇ ਐਡੀ ਕਰੰਟ ਲੋਸਿਸ ਨੂੰ ਵੀ ਆਪਾਂ ਡਿਸਕਸ ਕਰਾਂਗੇ। ਇਹ ਟੋਟਲ ਆਪਣੇ ਜਿਹੜੇ ਲੋਸਿਸ ਇਨ ਟ੍ਰਾਂਸਫਾਰਮਰ ਹੁੰਦੇ ਆ, ਇਹ ਸਾਰੇ ਚਾਰ ਲੋਸਿਸ ਆ। ਫਰਦਰ ਅੱਗੇ ਆਪਾਂ ਫਸਟ ਆਫ ਆਲ ਆਇਰਨ ਔਰ ਕੋਰ ਲੋਸਿਸ ਡਿਸਕਸ ਕਰਦੇ ਹਾਂ। ਆਇਰਨ ਲੋਸਿਸ ਆਰ ਕੋਜ਼ਡ ਬਾਏ ਅਲਟਰਨੇਟਿੰਗ ਫਲਕਸ ਇਨ ਦਾ ਕੋਰ ਆਫ ਅ ਟ੍ਰਾਂਸਫਾਰਮਰ, ਐਜ ਦਿਸ ਲੋਸਿਸ ਅਕਰ ਇਨ ਦਾ ਕੋਰ ਇਟ ਇਜ਼ ਆਲਸੋ ਨੋਨ ਐਜ ਕੋਰ ਲੋਸਿਸ। ਆਇਰਨ ਲੋਸਿਸ ਆ ਜਿਹੜੀ ਅਲਟਰਨੇਟਿੰਗ ਫਲਕਸ ਕਰਕੇ ਹੀ ਕੋਰ ਦੇ ਵਿੱਚ ਪੈਦਾ ਹੁੰਦੇ ਆ। ਇਹਨਾਂ ਇਹ ਕੋਰ ਦੇ ਵਿੱਚ ਪੈਦਾ ਹੋਣ ਕਰਕੇ ਆਪਾਂ ਇਹਨਾਂ ਨੂੰ ਕੋਰ ਲੋਸ ਵੀ ਕਹਿ ਦਿੰਦੇ ਹਾਂ। ਆਇਰਨ ਲੋਸ ਇਜ਼ ਫਰਦਰ ਡਿਵਾਈਡਿਡ ਇਨ ਟੂ ਹਿਸਟੈਰਿਸਿਸ ਐਂਡ ਐਡੀ ਕਰੰਟ ਲੋਸਿਸ। ਜਿਹੜੇ ਆਇਰਨ ਲੋਸਿਸ ਆ ਇਹਨਾਂ ਨੂੰ ਫਰਦਰ ਅੱਗੇ ਆਪਾਂ ਡਾਇਗਰਾਮ 'ਚ ਵੀ ਪ੍ਰੀਵੀਅਸ ਡਾਇਗਰਾਮ 'ਚ ਵੀ ਡਿਸਕਸ ਕਰਕੇ ਹਟੇ ਹਾਂ।
ਜਿਹੜਾ ਇਹਨਾਂ ਨੂੰ ਦੋ ਅੱਗੇ ਸਬ ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਹਿਸਟੈਰੀਸਿਸ ਅਤੇ ਐਡੀਗਰੈਂਟ ਲੋਸ। ਫਸਟ ਆਫ ਆਲ ਆਪਾਂ ਹਿਸਟੈਰੀਸਿਸ ਲੋਸ ਬਾਰੇ ਡਿਸਕਸ ਕਰਾਂਗੇ। ਹਿਸਟੈਰੀਸਿਸ ਲੋਸ ਕੀ ਹੁੰਦੇ ਆ? ਦ ਕੋਰ ਆਫ ਅ ਟਰਾਂਸਫਾਰਮਰ ਇਜ਼ ਸਬਜੈਕਟਡ ਟੂ ਐਨ ਅਲਟਰਨੇਟਿੰਗ ਮੈਗਨੇਟਾਈਜੇਸ਼ਨ ਫੋਰਸ। ਜਿਹੜੀ ਆਪਣੀ ਕੋਰ ਆ, ਜਿਹਨੂੰ ਜਿਹਦੇ ਉੱਤੇ ਆਪਣੀ ਕੋਇਲਸ ਬਾਉਂਡ ਹੁੰਦੀਆਂ ਵਾ, ਉਸ ਕੋਰ ਨੂੰ ਜਦੋਂ ਪ੍ਰਾਇਮਰੀ ਸਾਈਡ ਦੇ ਉੱਤੋਂ ਆਪਾਂ ਐਨਰਜਾਈਜ਼ਡ ਕਰਦੇ ਹਾਂ ਆਪਣੀ ਪ੍ਰਾਇਮਰੀ ਬਾਈਂਡਿੰਗ ਨੂੰ, ਤਾਂ ਉਹਦੇ 'ਚ ਕੀ ਆ, ਮੈਗਨੇਟਾਈਜੇਸ਼ਨ ਪੈਦਾ ਹੁੰਦੀ ਆ ਡਿਊ ਟੂ ਅਲਟਰਨੇਟਿੰਗ ਕਰੰਟ ਕਰਕੇ, ਜਿਹੜੀ ਆਪਣੀ ਅਲਟਰਨੇਟਿੰਗ ਵੋਲਟੇਜ ਕਰਕੇ ਮੈਗਨੇਟਾਈਜੇਸ਼ਨ ਫੋਰਸ ਪੈਦਾ ਹੁੰਦੀਆਂ ਵਾ ਆਪਣੇ ਕੋਰ ਦੇ ਵਿੱਚ। ਉਹ ਜਿਹੜੀ ਮੈਗਨੇਟਾਈਜੇਸ਼ਨ ਫੋਰਸ ਆ, ਉਹ ਅਲਟਰਨੇਟਿੰਗ ਸਪਲਾਈ ਹੋਣ ਕਰਕੇ ਮੈਗਨੇਟਾਈਜੇਸ਼ਨ ਦੇ ਫੋਰਸ ਦੇ ਵਿੱਚ ਚੇਂਜਿਸ ਆਉਂਦੀਆਂ ਰਹਿੰਦੀਆਂ, ਅਲਟਰਨੇਸ਼ਨ ਆਉਂਦੀਆਂ ਰਹਿੰਦੀਆਂ ਵਾ। ਐਂਡ ਫੋਰ ਈਚ ਸਾਈਕਲ ਆਫ EMF ਹਿਸਟੈਰੀਸਿਸ ਲੋਸ ਇਸ ਟਰੇਸਡ ਆਊਟ। ਉਸ ਅਲਟਰਨੇਟਿੰਗ ਹੋਣ ਦੇ ਕਰਕੇ, ਅਲਟਰਨੇਟਿੰਗ ਸਪਲਾਈ ਕਰਕੇ ਜਿਹੜੀ ਈਚ ਸਾਈਕਲ ਦੇ ਜਦੋਂ EMF ਇੰਡਿਊਸ ਹੁੰਦੀ ਆ, ਤਾਂ ਉਹਦੇ 'ਚ ਇੱਕ ਹਿਸਟੈਰੀਸਿਸ ਲੂਪ ਬਣ ਜਾਂਦੀ ਆ। ਆਪਾਂ ਦੇਖਦੇ ਹਾਂ ਆਹ ਫਿਗਰ, ਇਸ ਤਰ੍ਹਾਂ ਜਿਹੜੀ ਉਹ ਲੂਪ ਬਣ ਜਾਂਦੀ ਆ ਮੈਗਨੇਟਾਈਜੇਸ਼ਨ ਦੇ ਨਾਲ। ਇੱਧਰ ਆਪਣੀ ਸੈਚੂਰੇਸ਼ਨ, ਹਾਈ ਸੈਚੂਰੇਸ਼ਨ, ਇੰਨਾ ਵਾਲਾ ਡੀਪਲੀ ਤੁਹਾਨੂੰ ਹੈ ਨਹੀਂ ਗਾ, ਬਸ ਇੰਨਾ ਕੀ ਆ ਵੀ ਇੱਕ ਇਸ ਤਰ੍ਹਾਂ ਦੀ ਲੂਪ ਫੋਰਮ ਬਣ ਜਾਂਦੀ ਆ। ਤਾਂ ਇਹਨੂੰ ਜਿਹੜੀ ਇਹ ਜਿਹੜੀ ਲੂਪ ਆ, ਇਹਨੂੰ ਆਪਾਂ ਹਿਸਟੈਰੀਸਿਸ ਲੂਪ ਕਹਿੰਦੇ ਹਾਂ। ਇਹਦੇ ਨਾਲ ਕੀ ਆ, ਹੀਟ ਪ੍ਰੋਡਿਊਸ ਹੁੰਦੀ ਆ ਆਪਣੇ ਕੋਰ ਦੇ ਵਿੱਚ, ਹੀਟ ਪ੍ਰੋਡਿਊਸ ਹੋਣ ਲੱਗ ਜਾਂਦੀ ਹੈ। ਦਾ ਪਾਵਰ ਇਜ਼ ਡੈਸੀਪੇਟਿਡ ਇਨ ਦਾ ਫੋਰਮ ਆਫ ਹੀਟ ਨੋਨ ਐਜ ਹਿਸਟੈਰੀਸਿਸ ਲੋਸ। ਜਿਹੜੀ ਪਾਵਰ ਡੈਸੀਪੇਟ ਹੁੰਦੀ ਆ ਇਨ ਦਾ ਫੋਰਮ ਆਫ ਹੀਟ, ਅਤੇ ਉਹ ਕੋਰ ਦੇ ਵਿੱਚ ਹੀਟ ਪ੍ਰੋਡਿਊਸ ਕਰ ਦਿੰਦੀ ਆ ਉਹਦੇ ਨਾਲ। ਡੈਸੀਪੇਟਿਡ ਮਤਲਬ ਜਿਹੜੀ ਇਸਦੇ ਵਿੱਚ ਪਾਵਰ ਬਣਦੀ ਆ, ਉਹ ਹੀਟ ਦੀ ਫੋਰਮ ਦੇ ਵਿੱਚ ਕ੍ਰੀਏਟ ਹੋ ਜਾਂਦੀ ਹੈ ਕੋਰ ਦੇ ਵਿੱਚ, ਜਿਹੜੇ ਕਿ ਆਪਣੀ ਜਦੋਂ ਹੀਟ ਹੋਊਗੀ ਤਾਂ ਉਹਦੇ ਨਾਲ ਆਪਣੇ ਜਿਹੜੇ ਟਰਾਂਸਫਾਰਮਰ ਦੇ ਵਿੱਚ ਲੋਸਿਸ ਹੋਣ ਲੱਗ ਜਾਂਦੇ ਆ। ਇਸ ਕਰਕੇ ਇਹਨੂੰ ਹਿਸਟੈਰੀਸਿਸ ਲੋਸ ਕਹਿੰਦੇ ਆ। ਇਹਦੀ ਇਕੁਏਸ਼ਨ ਆ ਗਿਵਨ, ਐਂਡ ਦ ਗਿਵਨ ਬਾਏ ਇਕੁਏਸ਼ਨ ਸ਼ੋਨ ਇਨ ਬਲੋ, pH ਇਜ਼ ਇਕੁਅਲ ਟੂ kN ਬੀ ਮੈਕਸ 1.6 FV ਵਾਟ। ਇਹ ਜਿਹੜੀ ਇਕੁਏਸ਼ਨ ਬਣਦੀ ਹੈ ਕਿਵੇਂ ਬਣਦੀ ਹੈ, ਵੇਅਰ ਐਜ਼ kNeta ਇਜ਼ ਪ੍ਰੋਪੋਰਸ਼ਨੈਲਿਟੀ ਕੋਂਸਟੈਂਟ ਵਿੱਚ ਡਿਪੈਂਡਸ ਅਪੋਨ ਦਾ ਵੋਲਿਊਮ ਐਂਡ ਕੁਆਂਟਿਟੀ ਆਫ ਅ ਮਟੀਰੀਅਲ ਆਫ ਦਾ ਕੋਰ ਯੂਜ ਇਨ ਅ ਟਰਾਂਸਫਾਰਮਰ। ਜਿਹੜਾ kN ਕੀ ਹੈ, ਵੋਲਿਊਮ ਅਤੇ ਕੁਆਂਟਿਟੀ ਆਫ ਅ ਮਟੀਰੀਅਲ, ਸੋਰੀ ਕੁਆਲਿਟੀ ਆਫ ਅ ਮਟੀਰੀਅਲ, ਜਿਹੜੀ ਮਟੀਰੀਅਲ ਦੀ ਕੁਆਲਿਟੀ ਆ, ਮਤਲਬ ਕੋਈ ਆਇਰਨ ਕੋਰ ਦਾ ਜਿਹੜਾ ਹੋਰ ਉਹਦਾ ਹੋਊਗੀ ਵੈਲਿਊ, ਜਾਂ ਸਿਲੀਕੋਨ ਸਟੀਲ ਦੀ ਹੋਰ ਹੋਊਗੀ, ਜਾਂ ਦੂਜੀ ਸਟੀਲ ਦੀ ਹੋਰ ਵੈਲਿਊ ਹੋਊਗੀ, ਉਹ ਇਹ ਮਟੀਰੀਅਲ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ। ਅਤੇ ਜਿਹੜਾ ਕੇ ਆ ਉਹ ਡਿਪੈਂਡ ਕਰਦਾ ਉਹਦੇ ਵੋਲਿਊਮ ਦੇ ਉੱਤੇ, ਕਿੰਨਾ ਉਹਦਾ ਵੋਲਿਊਮ ਆ ਕੋਰ ਦਾ, ਉਹਦੇ 'ਤੇ ਡਿਪੈਂਡ ਕਰਦਾ ਵਾ। ਇਹਦੇ ਨਾਲ ਜਿਹੜੀ ਉਹ pH ਮਤਲਬ ਜਿਹੜੇ ਪਾਵਰ ਲੋਸਿਸ ਹੁੰਦੇ ਆ ਇਨ ਹਿਸਟੈਰੀਸਿਸ ਕਰਕੇ, F ਇਜ਼ ਸਪਲਾਈਡ ਫਰੀਕੁਐਂਸੀ, ਇਹ ਆਪਾਂ ਨੂੰ ਪਤਾ ਹੀ ਆ, ਅਤੇ ਬੀ ਮੈਕਸ ਇਜ਼ ਦਾ ਮੈਕਸੀਮਮ ਔਰ ਪੀਕ ਵੈਲਿਊ ਆਫ ਫਲਕਸ ਡੈਂਸਿਟੀ। ਜਿਹੜੀ ਮੈਕਸੀਮਮ ਫਲਕਸ ਪੈਦਾ ਹੁੰਦੀ ਆ ਆਪਣੀ ਕੋਰ ਦੇ ਵਿੱਚ, ਉਹਨੂੰ ਆਪਾਂ ਬੀ ਮੈਕਸ ਕਹਿ ਦਿੰਦੇ ਹਾਂ। ਦਾ ਆਇਰਨ ਔਰ ਕੋਰ ਲੋਸਿਸ ਕੈਨ ਬੀ ਮਿਨੀਮਾਈਜ਼ਡ ਬਾਈ ਯੂਜ਼ਿੰਗ ਸਿਲੀਕੋਨ ਸਟੀਲ ਮਟੀਰੀਅਲ ਫੋਰ ਕੰਸਟਰਕਸ਼ਨ ਆਫ ਕੋਰ ਆਫ ਦ ਟਰਾਂਸਫਾਰਮਰ। ਜਿਹੜੇ ਆਇਰਨ ਅਤੇ ਕੋਰ ਲੋਸਿਸ ਆ, ਉਹਨਾਂ ਨੂੰ ਮਿਨੀਮਾਈਜ਼ ਕਰ ਸਕਦੇ ਹਾਂ ਆਪਾਂ ਯੂਜ਼ਿੰਗ ਸਿਲੀਕੋਨ ਸਟੀਲ ਮਟੀਰੀਅਲ ਯੂਜ਼ ਕਰਕੇ। ਇਨਸਟੈਡ ਆਫ ਆਇਰਨ ਵੀ ਯੂਜ਼ ਸਿਲੀਕੋਨ ਸਟੀਲ ਮਟੀਰੀਅਲ ਟੂ ਰਿਡਿਊਸ ਦ ਹਿਸਟੈਰੀਸਿਸ ਲੋਸ। ਜਿਹੜਾ ਆਪਾਂ ਇੱਥੇ ਡਿਸਕਸ ਕੀਤਾ ਵੀ ਆਹ ਜਿਹੜਾ ਕੇ ਐਨ ਆ, ਇਹਦੀ ਵੈਲਿਊ ਰਿਡਿਊਸ ਹੋ ਜੂਗੀ ਇਹਦੇ ਨਾਲ, ਇਹਦੇ ਨਾਲ ਕੀ ਹੈ ਫਿਰ ਆਪਣੇ ਲੋਸਿਸ ਆ ਉਹ ਘੱਟ ਜਾਣਗੇ। ਨੈਕਸਟ ਅੱਗੇ ਆਪਾਂ ਡਿਸਕਸ ਕਰਦੇ ਹਾਂ, ਇਹ ਹੋ ਗਈ ਹਿਸਟੈਰੀਸਿਸ ਲੂਪ।
ਅਤੇ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਐਡੀ ਕਰੰਟ। ਐਡੀ ਕਰੰਟ ਕੀ ਆ? ਵੈਨ ਦਾ ਫਲਕਸ ਲਿੰਕਿੰਗ ਲਿੰਕਸ ਵਿਦ ਦ ਕਲੋਜ਼ ਸਰਕਟ ਐਨ ਈ ਐਮ ਐਫ ਇਜ਼ ਇੰਡਿਊਸ ਇਨ ਦ ਸਰਕਟ ਐਂਡ ਦ ਕਰੰਟ ਫਲੋਜ਼, ਦ ਵੈਲਿਊ ਆਫ ਕਰੰਟ ਡਿਪੈਂਡ ਅਪੋਨ ਦ ਅਮਾਊਂਟ ਆਫ ਈ ਐਮ ਐਫ ਅਰਾਊਂਡ ਦ ਸਰਕਟ ਐਂਡ ਦ ਰਜਿਸਟੈਂਸ ਆਫ ਦ ਸਰਕਟ। ਜਦੋਂ ਆਪਣੀ ਫਲਕਸ ਪ੍ਰੋਡਿਊਸ ਹੁੰਦੀ ਆ, ਉਹਦੇ ਨਾਲ ਕੀ ਆ, ਕਲੋਜ਼ ਸਰਕਟ ਦੇ ਵਿੱਚ ਈ ਐਮ ਐਫ ਇੰਡਿਊਸ ਹੁੰਦੀ ਆ, ਜਿਹੜਾ ਕਿ ਰਜਿਸਟੈਂਸ ਪੈਦਾ ਕਰਦੀ ਆ ਆਪਣੇ ਸਰਕਟ ਦੇ ਵਿੱਚ। ਸੈਂਸ ਦ ਕੋਰ ਇਜ਼ ਮੇਡ ਅਪ ਆਫ ਕੰਡਕਟਿੰਗ ਮਟੀਰੀਅਲ, ਅਤੇ ਜਿਹੜੀ ਕੋਰ ਆ ਉਹ ਵੀ ਆਪਣੀ ਕੰਡਕਟਿੰਗ ਮਟੀਰੀਅਲ ਦੀ ਬਣੀ ਹੁੰਦੀ ਆ। ਦਿਸ ਈ ਐਮ ਐਫ ਸਰਕੂਲੇਟ ਕਰੰਟ ਵਿਦ ਇਨ ਦ ਬੋਡੀ ਆਫ ਦ ਮਟੀਰੀਅਲ। ਜਿਹੜੇ ਫਲਕਸ ਚੇਂਜ ਹੋਣ ਦੇ ਨਾਲ, ਇੱਕ ਤਾਂ ਆਪਣੀ ਜਿਹੜੀ ਦੂਜੀ ਸੈਕੰਡਰੀ ਕੋਇਲ ਆ ਉਹਦੇ ਵਿੱਚ ਈ ਐਮ ਐਫ ਇੰਡਿਊਸ ਹੋਣੀ ਆ, ਉਸ ਤੋਂ ਇਲਾਵਾ ਜਿਹੜੀ ਆਪਣੀ ਕੋਰ ਦੇ ਵਿੱਚ ਜਿਹਦੇ ਵਿੱਚ ਆਪਾਂ ਮੈਗਨੈਟਿਕ ਫੀਲਡ ਜਾਂ ਸੈਟਅਪ ਕੀਤਾ ਵਾ ਜਾਂ ਮੈਗਨੈਟਿਕ ਫਲਕਸ ਜਿਹੜੀ ਸੈਟਅਪ ਕੀਤੀ ਆ, ਉਹਦੇ ਵਿੱਚ ਵੀ ਆਪਣੀ ਕਰੰਟ ਈ ਐਮ ਐਫ ਇੰਡਿਊਸ ਹੋ ਜਾਂਦੀ ਆ, ਕਿਉਂਕਿ ਉਹ ਕੀ ਆ, ਉਹ ਵੀ ਕੰਡਕਟਿੰਗ ਮਟੀਰੀਅਲ ਆ। ਆਇਰਨ ਜਿਹੜੀ ਕੋਰ ਆ, ਆਇਰਨ ਕੀ ਆ, ਕੰਡਕਟਿੰਗ ਮਟੀਰੀਅਲ ਆ, ਜਾਂ ਸਿਲੀਕੋਨ ਸਟੀਲ ਆ, ਉਹ ਵੀ ਕੰਡਕਟਿੰਗ ਮਟੀਰੀਅਲ ਆ, ਉਹਦੇ ਵਿੱਚ ਈ ਐਮ ਐਫ ਇੰਡਿਊਸ ਹੋਣ ਲੱਗ ਜਾਂਦੀ ਆ। ਈ ਐਮ ਐਫ ਇੰਡਿਊਸ ਹੋਣ ਨਾਲ ਉਹਦੇ 'ਚ ਵੀ ਸਰਕੂਲੇਸ਼ਨ ਆਫ ਕਰੰਟ ਆ ਜਾਂਦੀ ਆ ਉਸ ਬੋਡੀ ਦੇ ਵਿੱਚ। ਦਿਸ ਸਰਕੂਲੇਸ਼ਨ ਸਰਕੂਲੇਟਿੰਗ ਕਰੰਟ ਆਰ ਕਾਲਡ ਐਡੀ ਕਰੰਟ, ਜਿਹੜਾ ਉਸ ਦੇ ਵਿੱਚ ਸਰਕੂਲੇਟ ਹੁੰਦਾ ਵਾ, ਉਸ ਕੰਡਕਟਿੰਗ ਮਟੀਰੀਅਲ ਦੇ ਵਿੱਚ ਕਰੰਟ ਸਰਕੂਲੇਟ ਹੁੰਦਾ, ਉਹਨੂੰ ਆਪਾਂ ਐਡੀ ਕਰੰਟ ਕਹਿ ਦਿੰਦੇ ਹਾਂ। ਦੇ ਵਿਲ ਅਕਰ ਵੈਨ ਦ ਕੰਡਕਟਰ ਐਕਸਪੀਰੀਅੰਸ ਅ ਚੇਂਜਿੰਗ ਮੈਗਨੈਟਿਕ ਫੀਲਡ। ਇਹ ਕਦੋਂ ਅਕਰ ਹੁੰਦਾ? ਜਦੋਂ ਚੇਂਜਿੰਗ ਮੈਗਨੈਟਿਕ ਫੀਲਡ ਹੁੰਦਾ ਰਹਿੰਦਾ, ਉਸ ਦੌਰਾਨ ਜਿਹੜਾ ਇਹਦੇ ਵਿੱਚ ਕਰੰਟ ਪੈਦਾ ਹੋ ਜਾਂਦਾ, ਉਹਨਾਂ ਨੂੰ ਆਪਾਂ ਐਡੀ ਕਰੰਟ ਕਹਿੰਦੇ ਹਾਂ। ਐਜ਼ ਦਿਸ ਕਰੰਟਸ ਆਰ ਨੋਟ ਰਿਸਪੋਂਸੀਬਲ ਫੋਰ ਡੂਇੰਗ ਐਨੀ ਯੂਜ਼ਫੁਲ ਵਰਕ, ਇਹ ਜਿਹੜਾ ਕਰੰਟ ਆ ਉਹ ਕਿਸੇ ਕੰਮ ਨਹੀਂ ਆਉਂਦਾ ਆਪਣੇ। ਬਟ ਇਹਦੇ ਨਾਲ ਕੀ ਹੁੰਦਾ ਵਾ, ਇਟ ਪ੍ਰੋਡਿਊਸ ਲੋਸ, ਇਹ ਲੋਸ ਸਗੋਂ ਦੀ ਪੈਦਾ ਕਰ ਦਿੰਦਾ। ਆਈ ਸਕੇਅਰ ਆਰ ਲੋਸ ਜਿਹੜੇ ਪੈਦਾ ਹੋਣ ਲੱਗ ਜਾਂਦੇ ਆ ਇਨ ਦ ਮੈਗਨੈਟਿਕ ਮਟੀਰੀਅਲ ਨੋਨ ਐਜ਼ ਐਡੀ ਕਰੰਟ ਲੋਸ, ਇਹ ਐਡੀ ਕਰੰਟ ਲੋਸ ਇਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੇ ਕਿ ਇਨ ਫੋਰਮ ਆਫ ਹੀਟ ਆਪਣੀ ਕੋਰ ਦੇ ਵਿੱਚ ਪੈਦਾ ਹੋ ਜਾਂਦੇ ਕਰੰਟ ਪ੍ਰੋਡਿਊਸ ਹੋਣ ਦੇ ਨਾਲ। ਦ ਐਡੀ ਕਰੰਟ ਲੋਸ ਇਜ਼ ਮਿਨੀਮਾਈਜ਼ਡ ਬਾਈ ਮੇਕਿੰਗ ਕੋਰ ਵਿਦ ਥਿਨ ਲੈਮੀਨੇਸ਼ਨ, ਇਹਨੂੰ ਆਪਾਂ ਮਿਨੀਮਾਈਜ਼ਡ ਕਿਵੇਂ ਕਰਦੇ ਹਾਂ, ਜਿਹੜੀ ਕੋਰ ਆ ਉਹਨੂੰ ਸਮੋਲ ਪਾਰਟਸ ਦੇ ਵਿੱਚ ਥਿਨ ਲੇਅਰਸ ਦੇ ਵਿੱਚ ਡਿਵਾਈਡ ਕਰਕੇ ਉਹਦੇ ਉੱਤੋਂ ਦੀ ਲੈਮੀਨੇਸ਼ਨ ਕਰ ਦਿੰਦੇ ਹਾਂ, ਹਰ ਇੱਕ ਲੇਅਰ ਨੂੰ ਲੈਮੀਨੇਟ ਕਰ ਦਿੰਦੇ ਹਾਂ ਵਿਦ ਦ ਹੈਲਪ ਆਫ ਵਾਰਨਿਸ਼, ਅਤੇ ਉਹਨੂੰ ਫਿਰ ਆਪਾਂ ਜੁਆਇੰਟ ਕਰਕੇ ਕੋਰ ਬਣਾ ਕੇ ਉਹਨੂੰ ਐਜ਼ ਮਤਲਬ ਮੀਡੀਅਮ ਯੂਜ਼ ਕਰਦੇ ਹਾਂ ਜਿਹਦੇ ਵਿੱਚ ਆਪਾਂ ਮੈਗਨੈਟਿਕ ਫਲਕਸ ਨੂੰ ਮੂਵ ਕਰਾਉਣਾ ਵਾ। ਇਹ ਆਪਣਾ ਡਾਇਗਰਾਮ ਆ, ਇਹਦੇ 'ਚ ਪਹਿਲਾਂ ਆਪਾਂ ਜਿਹੜਾ ਐਡੀ ਕਰੰਟ ਆ ਆਇਰਨ ਕੋਰ ਲਈ ਹੈ, ਇਹਦੇ ਵਿੱਚ ਐਡੀ ਕਰੰਟ ਜਿਹੜੇ ਆ ਫੋਰਮ ਹੋ ਜਾਂਦੇ ਆ, ਕਿਉਂਕਿ ਇਹਦੇ ਵਿੱਚ ਇੱਧਰਲੀ ਸਾਈਡ 'ਤੇ ਆਪਾਂ ਪ੍ਰਾਇਮਰੀ ਕੋਇਲ ਆਈ ਆ, ਇੱਧਰ ਸੈਕੰਡਰੀ ਕੋਇਲ ਆਈ ਆ। ਜਦੋਂ ਪ੍ਰਾਇਮਰੀ ਕੋਇਲ ਦੇ ਵਿੱਚ ਕਰੰਟ ਮੂਵ ਕਰੂਗਾ ਅਤੇ ਇਹਦੇ 'ਚ ਆਪਣੀ ਆਇਰਨ ਕੋਰ ਦੇ ਵਿੱਚ ਫਲਕਸ ਪ੍ਰੋਡਿਊਸ ਹੋਊਗੀ। ਫਲਕਸ ਪ੍ਰੋਡਿਊਸ ਹੋਣ ਦੇ ਨਾਲ ਇੱਕ ਤਾਂ ਜਿਹੜੀ ਸੈਕੰਡਰੀ ਕੋਇਲ ਦੇ ਵਿੱਚ ਈ ਐਮ ਐਫ ਇੰਡਿਊਸ ਹੋਣੀ ਆ, ਬਟ ਜਿਹੜੀ ਇਸ ਆਪਣੇ ਜਿਹੜਾ ਆਇਰਨ ਦਾ ਮਟੀਰੀਅਲ ਆ, ਆਇਰਨ ਦੀ ਕੋਰ ਆ, ਉਹਦੇ 'ਚ ਵੀ ਫਲਕਸ ਚੇਂਜ ਹੋਣ ਕਰਕੇ ਜਿਹੜਾ ਕਰੰਟ ਇੰਡਿਊਸਡ ਹੋਊਗਾ, ਉਹ ਜਿਹੜਾ ਆਪਾਂ ਨੂੰ ਆਪਣੇ ਕਿਸੇ ਫਾਇਦੇ 'ਚ ਕੰਮ ਤਾਂ ਆਉਣਾ ਨਹੀਂ ਗਾ, ਉਹ ਜਿਹੜਾ ਵਾ ਆਪਣੇ ਐਡੀ ਕਰੰਟ ਲੋਸਿਸ ਬਣਾਉਂਦਾ ਵਾ, ਹੀਟ ਪ੍ਰੋਡਿਊਸ ਕਰਦਾ ਵਾ, ਉਹਦੇ ਨਾਲ ਕੀ ਆ, ਇਹ ਲੋਸਿਸ ਹੁੰਦੇ ਆ ਆਪਾਂ ਨੂੰ। ਇਸ ਕਰਕੇ ਇਹਨੂੰ ਰਿਡਿਊਸ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਥਿਨ ਲੇਅਰ ਜਿਹੜੀ ਆ ਆਪਣੀ ਕੋਰ ਆ ਉਹਨੂੰ ਸਮੋਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਸਮੋਲ ਮਤਲਬ ਇੱਕ ਇੱਕ ਲੇਅਰਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਉਹਨਾਂ ਨੂੰ ਲੈਮੀਨੇਟ ਕਰ ਦਿੰਦੇ ਹਾਂ ਉੱਤੋਂ ਦੀ, ਇਕੱਲੀ ਇਕੱਲੀ ਲੇਅਰ ਨੂੰ ਲੈਮੀਨੇਟ ਕਰਕੇ ਅਤੇ ਵਿਦ ਹੈਲਪ ਆਫ ਵਾਰਨਿਸ਼, ਅਤੇ ਆਪਾਂ ਉਹਨਾਂ ਨੂੰ ਜੁਆਇੰਟ ਕਰਕੇ ਇੱਕ ਕੋਰ ਬਣਾ ਲੈਂਦੇ ਹਾਂ, ਜਿਹੜੀ ਕਿ ਆਪਣੇ ਲੋਸਿਸ ਨੂੰ, ਐਡੀ ਕਰੰਟ ਲੋਸਿਸ ਨੂੰ ਡਿਊਸ ਕਰਦੀ ਹੈ। ਇਹ ਸੀਗੇ ਆਪਣੇ ਐਡੀ ਕਰੰਟ ਲੋਸਿਸ। ਫਰਦਰ ਅੱਗੇ ਆਪਾਂ ਡਿਸਕਸ ਕਰਦੇ ਹਾਂ ਕੋਪਰ ਲੋਸਿਸ, ਸੋਰੀ ਆਪਾਂ ਇਕੁਏਸ਼ਨ ਕਰ ਲਈਏ ਐਡੀ ਕਰੰਟ ਲੋਸਿਸ ਦੀ। ਦ ਇਕੁਏਸ਼ਨ ਆਫ ਐਡੀ ਕਰੰਟ ਲੋਸਿਸ ਇਜ਼ ਗਿਵਨ ਬਿਲੋ।
पी ई इज इक्वल टू के ई बी एम स्केयर टी स्केयर एफ स्केयर वी एंड वॉट, वेयर एज के ई इज अ कोफिशियंट ऑफ एडी करंट, इट्स वैल्यू डिपेंड अपॉन द नेचर ऑफ अ मैग्नेटिक मटीरियल लाइक वॉल्यूम एंड रेजिस्टिविटी ऑफ कोर मटीरियल द थिननेस ऑफ लेमिनेशन। ए के ई की आ कोफिशियंट ऑफ एडी करंट आ जिहड़ा कि डिपेंड करदा वॉल्यूम दे उत्ते मटीरियल दे ते रेजिस्टेंस जिहड़ी कोर दे विच आ उहते ते थिकनेस ऑफ लैमीनेशन दे उत्ते डिपेंड करदा है। बी एम की है मैक्सिमम वैल्यू ऑफ फ्लक्स डेंसिटी इन वेबर पर मीटर स्केयर, पहले भी डिस्कस कर चुके हैं। टी इज थिकनेस ऑफ लैमीनेशन इन मीटर, टी जिहड़ी थिकनेस ऑफ लैमीनेशन आ इन मीटर्स दे विच। एफ इज़ अ फ्रीकुएंसी ऑफ रिवर्सल ऑन अ मैगनैटिक फील्ड इन हर्ट्ज, एफ अ फ्रीकुएंसी है, वी इज अ वॉल्यूम ऑफ मैगनैटिक मटीरियल इन मीटर क्यूब, जिहड़ी वी आ वॉल्यूम ऑफ मैगनैटिक मटीरियल आ। अगे कॉपर लॉस और ओमिक लॉस, कॉपर लॉस ते ओमिक लॉस आपां थोड़ा जिहा डिस्कस कीता सीगा की हुंदा वा। दीज लॉसिज अकर ड्यू टू द ओमिक रेजिस्टेंस ऑफ अ ट्रांसफॉर्मर वाइंडिंग। यह कादे करके होंगे जिहड़ी रेजिस्टेंस आ उहनूं आपां इन दी यूनिट की आ ओमिक ओम आ, इस करके आपां इहनूं ओमिक रेजिस्टेंस कह दिंदे आ जां ओमिक लॉस भी कह दिंदे आ। जदों की आ इफ आई वन एंड आई टू आर द प्राइमरी एंड सेकेंडरी करंट, जे आई वन ते आई टू की आ प्राइमरी दा आई वन ते सेकेंडरी दा आई टू करंट आ, तां जिहड़ी रजिस्टेंस आर वन एंड आर टू आर द रजिस्टेंस ऑफ प्राइमरी एंड सेकेंडरी वाइंडिंग, तां फिर जिहड़ी आई आर वन की आ रजिस्टेंस इन प्राइमरी वाइंडिंग एंड आर टू की आ रजिस्टेंस इन सेकेंडरी वाइंडिंग। दैन द कॉपर लॉसिज अकर इन प्राइमरी एंड सेकेंडरी वाइंडिंग विल बी, तां फिर जिहड़े कॉपर लॉसिज आ वो प्राइमरी ते सेकेंडरी वाइंडिंग दे विच की हो गए आई स्केयर आर एंड सॉरी आई वन स्केयर आर वन एंड आई टू स्केयर आर टू रिस्पैक्टिवली। ये जिहड़े दोने वाइंडिंगां दे विच प्राइमरी ते सेकेंडरी दे विच लॉसिज हो गए, जिहड़े कि आपां मेनली आपां जिहड़ा आई स्केयर आर लॉसिज कहने आ कॉपर लॉसिज। देयरफोर द टोटल कॉपर लॉसिज विल बी पी सी की आ टोटल कॉपर लॉसिज, पी सी इज इक्वल टू आई वन द स्केयर इंटू आर वन, ये हो गए अपने प्राइमरी वाइंडिंग दे लॉसिज, प्लस आई टू स्केयर इंटू आर टू, ये हो गए अपने सेकेंडरी वाइंडिंग दे लॉसिज। दोनों एडअप कर देंगे तो अपने को टोटल जोड़े वो कॉपर लॉसिज आ जाएंगे। दीज लॉसिज वेरी अकॉर्डिंग टू द लोड एंड नोन हैंस इट इज also known as variable losses. Copper losses vary as the square of the load current. ਇਹ ਜਿਹੜੇ ਡਿਪੈਂਡ ਕਰਦੇ ਆ ਕਰੰਟ ਦੀ ਵੈਲਿਊ ਦੇ ਉੱਤੇ, ਜਿਵੇਂ ਕਾਪਰ ਲੋਸਿਸ ਜਿਹੜੇ ਉਹ ਸਕੇਅਰ ਹੋ ਜਾਂਦੇ ਆ ਲੋਡ ਦੇ ਹਿਸਾਬ ਦੇ ਨਾਲ, ਕਿਉਂਕਿ ਆਪਾਂ ਨੂੰ ਪਤਾ ਵਾ ਲੋਡ ਜੇ ਵਧੂਗਾ ਤਾਂ ਜਿਹੜੇ ਕਰੰਟ ਦੀ ਵੈਲਿਊ ਵਧੂਗੀ, ਕਰੰਟ ਦੀ ਵੈਲਿਊ ਵਧੂਗੀ ਤਾਂ ਜਿਹੜੇ ਆਪਣੇ ਕਾਪਰ ਲੋਸਿਸ ਵਧਣਗੇ। इस करके जिहड़े टोटली डिपेंड करदा लोड दे उत्ते लोड करंट दे उत्ते कॉपर लॉसिस। नैक्सट अपने स्ट्रे लॉसिस, दे अकर्स ऑफ देयर स्ट्रे लॉसिस इज ड्यू टू द प्रेजेंस ऑफ लीकेज फील्ड, लीकेज फील्ड द परसेंटेज ऑफ दिस लॉसिस आर वेरी स्मॉल एज कंपेयर टू आयरन एंड कॉपर लॉसिस, सो दे कैन बी निगलीजीबल। स्ट्रे लॉसिज जिहड़े हुंदे आ उह लीकेज फील्ड होण करके जिहड़ी अपनी जिहड़ी फ्लक्स प्रोड्यूस हुंदी आ मैगनैटिक फील्ड प्रोड्यूस हुंदा वा उह जिहड़ी उहदी जिहड़ी लीकेज हुंदी आ उहनूं आपां कह दिंदे आ स्ट्रे लॉसिज, बट ये जिहड़ी बहुत समॉल हुंदी आ एज कंपेयर टू आयरन लॉस और कॉपर लॉस, इस करके इहनूं आपां निगलीजीबल मानदे आ। मेनली जिहड़े आयरन ते कॉपर लॉस ही लैके चलते हैं। नैक्सट है अपना डायलैक्ट्रिक लॉस, डायलैक्ट्रिक लॉस अकर इन इंसुलेशन मटीरियल ऑफ अ ट्रांसफॉर्मर, इंसुलेटिंग मटीरियल ऑफ अ ट्रांसफॉर्मर,
दैट इज इन ऑयल ऑफ अ ट्रांसफॉर्मर और इन अ सॉलिड इंसुलेटर. वेन द ऑयल गेट डिटीरियोरेट और द सॉलिड इंसुलेटर गेट डैमेज और इट्स क्वांटिटी डिक्रीज एंड बिकॉज ऑफ दिस द एफिशिएंसी ऑफ ट्रांसफॉर्मर गेट इफेक्ट. ये जड़े डाइलैक्ट्रिक लॉस होंगे ये ड्यू टू जड़े अपनी ऑयल दी इंसुलेटिंग ऑयल हुंदा उहदे करके हुंदे आ ते जिहड़ा सॉलिड इंसुलेशन आपां लाई हुंदी आ ट्रांसफॉर्मर दे विच ये उहदे करके हुंदे आ ये मतलब ज़्यादा इफेक्ट नहीं करते तो इन्हां नूं भी आपां नेगलीजिबल ही मानते हैं तो ये तो क्योंकि फिक्स ही रहने जो माड़ी मोटी इंसुलेशन जी आपां नूं चाहिदी हुई आ. इस करके जिहड़े मेन लॉसिस आ वो हैगे अपने आयरन लॉसिस ते कॉपर लॉसिस ही आ. आयरन लॉसिस दे फरदर अगे हिस्टैरिसिस ते एडी करंट लॉसिस ते कॉपर लॉसिस होंदे ड्यू टू प्रेजेंस ऑफ रेजिस्टेंस इन वाइंडिंग अपनी. ते ए सीगा अज दा अपना टॉपिक लॉसिस इन ट्रांसफॉर्मर. नेक्स्ट टाइम नेक्स्ट वीडियो. थैंक यू वेरी मच. जे कोई डाउट आ मेरे नंबर ते व्हाट्सएप ते मैनू बच्चा पूछ सकते हैं.